ਦੋਸਤੋ ਗੁਰਮੀਤ ਸਾਜਨ ਨੂੰ ਆਪਾਂ ਫਿਲਮਾਂ ਦੇ ਵਿੱਚ ਕਮੇਡੀ ਕਰਦੇ ਹੋਏ ਦੇਖ ਕੇ ਬਹੁਤ ਖੁਸ਼ ਹੁੰਦੇ ਹਾਂ ਕਿਉਂਕਿ ਉਹ ਕਮੇਡੀ ਦਾ ਬਿਹਤਰੀਨ ਤੜਕਾ ਲਾਉਣ ਦੇ ਵਿੱਚ ਪੂਰੀ ਤਰ੍ਹਾਂ ਮਾਹਰ ਆ। ਪਰ ਦੋਸਤੋ ਤੁਹਾਨੂੰ ਦੱਸ ਦਈਏ ਕਿ ਗੁਰਮੀਤ ਸਾਜਨ ਦਾ ਐਕਟਿੰਗ ਜਾਂ ਕਮੇਡੀ ਕਦੇ ਵੀ ਪਹਿਲਾ ਸ਼ੌਂਕ ਨਹੀਂ ਸੀ, ਉਹਨਾਂ ਦਾ ਪਹਿਲਾ ਸ਼ੌਂਕ ਸੀ ਗਾਇਕੀ। ਪਰ ਦੋਸਤੋ ਕਿਸਮਤ ਦੇਖੋ ਕਿ ਗੁਰਮੀਤ ਸਾਜਨ ਨੂੰ ਇੰਨਾ ਜ਼ਿਆਦਾ ਗਾਇਕੀ ਦੇ ਨਾਲ ਪਿਆਰ ਹੋਣ ਦੇ ਬਾਵਜੂਦ ਵੀ ਉਹ ਗਾਇਕੀ ਦੇ ਵਿੱਚ ਓਨੇ ਸਫਲ ਨਹੀਂ ਰਹੇ ਜਿੰਨਾ ਕਿ ਫਿਲਮਾਂ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਪਸੰਦ ਕੀਤਾ, ਪਿਆਰ ਦਿੱਤਾ। ਅੰਗਰੇਜ਼ ਫਿਲਮ ਦੇ ਵਿੱਚ ਉਹਨਾਂ ਦੁਆਰਾ ਕੀਤੇ ਫੁੱਫੜ ਦੇ ਕਿਰਦਾਰ ਨੂੰ ਕੌਣ ਭੁੱਲ ਸਕਦਾ। ਦੋਸਤੋ ਅੱਜ ਆਪਾਂ ਗੁਰਮੀਤ ਸਾਜਨ ਬਾਰੇ ਪੂਰੀ ਪੂਰੀ ਗੱਲਬਾਤ ਕਰਨ ਵਾਲੇ ਹਾਂ। ਤੁਹਾਨੂੰ ਰਿਕੁਐਸਟ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਜੇਕਰ ਤੁਸੀਂ ਗੁਰਮੀਤ ਸਾਜਨ ਦੇ ਕਿਰਦਾਰਾਂ ਨੂੰ ਫਿਲਮਾਂ ਦੇ ਵਿੱਚ ਪਸੰਦ ਕਰਦੇ ਹਾਂ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਖਾਸ ਤੌਰ 'ਤੇ ਤਿਆਰ ਕੀਤੀ ਗਈ ਆ। ਅਤੇ ਇਹ ਵੀ ਜ਼ਰੂਰ ਦੱਸੋ ਕਿ ਜਿਨ੍ਹਾਂ ਫਿਲਮਾਂ ਦੇ ਵਿੱਚ ਗੁਰਮੀਤ ਸਾਜਨ ਨੇ ਕੰਮ ਕੀਤਾ ਉਹਨਾਂ ਦੇ ਵਿੱਚੋਂ ਤੁਹਾਡੀ ਫੇਵਰੇਟ ਫਿਲਮ ਕਿਹੜੀ ਆ। ਸੋ ਦੋਸਤੋ ਬਿਨਾਂ ਟਾਈਮ ਗਵਾਏ ਆਪਾਂ ਪਹਿਲਾਂ ਗੁਰਮੀਤ ਸਾਜਨ ਦੀ ਅਰਲੀ ਲਾਈਫ ਬਾਰੇ ਗੱਲ ਕਰਦੇ ਹਾਂ। ਦੋਸਤੋ ਗੁਰਮੀਤ ਸਾਜਨ ਦਾ ਜਨਮ 1 ਨਵੰਬਰ 1961 ਨੂੰ ਮੋਗੇ ਦੇ ਪਿੰਡ ਲੰਡੇ ਦੇ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਬਾਬੂ ਸਿੰਘ ਆ। ਗੁਰਮੀਤ ਸਾਜਨ ਦੇ ਪਿਤਾ ਖੁਦ ਸੰਗੀਤ ਨਾਲ ਕਾਫ਼ੀ ਪਿਆਰ ਰੱਖਦੇ ਸੀ, ਸੋ ਜਦੋਂ ਉਹ ਆਪਣੇ ਬੇਟੇ ਨੂੰ ਸੰਗੀਤ ਦੇ ਨਾਲ ਜੁੜਿਆ ਦੇਖਦੇ ਸੀ ਤਾਂ ਕਾਫ਼ੀ ਖੁਸ਼ ਹੁੰਦੇ ਸੀ। ਸੋ ਉਹਨਾਂ ਦੇ ਪਿਤਾ ਨੇ ਵੀ ਗੁਰਮੀਤ ਦਾ ਗਾਇਕੀ ਵਿੱਚ ਅੱਗੇ ਵਧਣ ਦੇ ਲਈ ਪੂਰਾ ਪੂਰਾ ਸਾਥ ਦਿੱਤਾ। ਗੁਰਮੀਤ ਸਾਜਨ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਹਨਾਂ ਦੀ ਪਤਨੀ ਦਾ ਨਾਮ ਸੁਰਿੰਦਰ ਆ ਅਤੇ ਉਹਨਾਂ ਦੇ ਦੋ ਬੇਟੇ ਆ। ਉਹਨਾਂ ਦੇ ਵੱਡੇ ਬੇਟੇ ਦਾ ਨਾਮ ਸੁਖਰਾਵਲ ਸਿੰਘ ਆ ਅਤੇ ਉਹਨਾਂ ਦੇ ਛੋਟੇ ਬੇਟੇ ਦਾ ਨਾਮ ਗੁਣਵੀਰ ਸਿੰਘ ਆ। ਗੁਰਮੀਤ ਦਾ ਪੂਰਾ ਪਰਿਵਾਰ ਆਪਣਾ ਪਿੰਡ ਛੱਡ ਕੇ ਕੋਟਕਪੂਰੇ ਆ ਕੇ ਰਹਿਣ ਲੱਗਿਆ ਅਤੇ ਇੱਥੇ ਹੀ ਗੁਰਮੀਤ ਨੇ ਇੱਕ ਸਕੂਲ ਦੇ ਵਿੱਚ ਦਾਖਲਾ ਲੈ ਲਿਆ ਅਤੇ ਕੋਟਕਪੂਰਾ ਦੇ ਉਸ ਸਕੂਲ ਤੋਂ ਹੀ ਗੁਰਮੀਤ ਨੇ ਆਪਣੇ ਸੰਗੀਤ ਦੀਆਂ ਬਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ। ਸ਼ਨੀਵਾਰ ਨੂੰ ਲੱਗਣ ਵਾਲੇ ਬਾਲ ਸਭਾਵਾਂ ਦੇ ਵਿੱਚ ਗੁਰਮੀਤ ਦੀ ਗਾਇਕੀ ਦੀ ਖਾਸ ਤੌਰ 'ਤੇ ਉਹਨਾਂ ਦੇ ਅਧਿਆਪਕਾਂ ਦੁਆਰਾ ਸ਼ਲਾਘਾ ਕੀਤੀ ਜਾਂਦੀ ਸੀ, ਜਿਸ ਤੋਂ ਗੁਰਮੀਤ ਨੂੰ ਲਗਾਤਾਰ ਪ੍ਰੇਰਨਾ ਹੌਂਸਲਾ ਮਿਲਦਾ ਰਿਹਾ ਅਤੇ ਗੁਰਮੀਤ ਅੱਗੇ ਵੱਧਦਾ ਰਿਹਾ। ਗੁਰਮੀਤ ਉਦੋਂ 5ਵੀਂ ਕਲਾਸ ਦੇ ਵਿੱਚ ਸੀ ਜਦੋਂ ਉਹਨਾਂ ਨੇ ਕਲਾਸੀਕਲ ਸੰਗੀਤ ਦੀ ਤਲੀਮ ਲੈਣੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਦੇ ਇਸ ਗਾਇਕੀ ਦੇ ਗੁਣ ਨੂੰ ਉਹਨਾਂ ਦੇ ਪਿਤਾ ਬਾਬੂ ਸਿੰਘ ਨੇ ਕਾਫ਼ੀ ਨਿਖਾਰਿਆ। ਸਕੂਲ ਵਿੱਚ ਪੜ੍ਹਨ ਦੌਰਾਨ ਹੀ ਉਹ ਗਾਇਕੀ ਦੇ ਨਾਲ ਨਾਲ ਨਾਟਕਾਂ ਦੇ ਵਿੱਚ ਵੀ ਹਿੱਸਾ ਲੈਂਦੇ ਰਹੇ। ਗੁਰਮੀਤ ਸਾਜਨ ਨੇ ਸਰਕਾਰੀ ਬਲਜਿੰਦਰਾ ਕਾਲਜ ਤੋਂ ਮਿਊਜ਼ਿਕ ਦੀ ਸਿੱਖਿਆ ਹਾਸਲ ਕੀਤੀ। ਕਾਲਜ ਦੀ ਪੜ੍ਹਾਈ ਦੌਰਾਨ ਹੀ ਉਹਨਾਂ ਨੇ ਥੀਏਟਰ ਕਰਨਾ ਵੀ ਸ਼ੁਰੂ ਕਰ ਦਿੱਤਾ। ਸੋ ਥੀਏਟਰ ਦੇ ਕਈ ਕਲਾਕਾਰਾਂ ਦੇ ਨਾਲ ਉਹਨਾਂ ਦੀ ਚੰਗੀ ਜਾਣ ਪਹਿਚਾਣ ਇਸ ਸਮੇਂ ਦੌਰਾਨ ਹੋ ਗਈ ਸੀ। ਦੋਸਤੋ ਮੈਂ ਦੱਸ ਚੁੱਕਿਆ ਕਿ ਗੁਰਮੀਤ ਦਾ ਪਹਿਲਾ ਸ਼ੌਂਕ ਅਤੇ ਪਿਆਰ ਗਾਇਕੀ ਸੀ। ਆਪਣੇ ਗਾਇਕੀ ਦੇ ਸ਼ੌਂਕ ਨੂੰ ਅੱਗੇ ਤੋਰਦੇ ਹੋਏ ਉਹ ਪ੍ਰੋਫੈਸ਼ਨਲ ਤੌਰ 'ਤੇ ਗਾਇਕੀ ਦੇ ਵਿੱਚ ਵੀ ਆਏ ਅਤੇ ਉਹਨਾਂ ਨੇ ਦੋ ਐਲਬਮਸ ਵੀ ਕੀਤੀਆਂ। ਪਰ ਦੋਸਤੋ ਬਦਕਿਸਮਤੀ ਇਹ ਰਹੀ ਕਿ ਗੁਰਮੀਤ ਦੀਆਂ ਇਹ ਦੋ ਐਲਬਮ ਕੋਈ ਜ਼ਿਆਦਾ ਸਕਸੈਸਫੁੱਲ ਨਹੀਂ ਰਹੀਆਂ ਅਤੇ ਨਾ ਹੀ ਗੁਰਮੀਤ ਦੀ ਇਹਨਾਂ ਐਲਬਮ ਰਾਹੀਂ ਜ਼ਿਆਦਾ ਪਹਿਚਾਣ ਬਣੀ, ਕਿਉਂਕਿ ਉਹਨਾਂ ਦੀ ਕਿਸਮਤ ਦੇ ਵਿੱਚ ਫਿਲਮਾਂ ਦੇ ਵਿੱਚ ਐਕਟਿੰਗ ਕਰਨੀ ਲਿਖੀ ਸੀ। ਸੋ 1991 ਦੇ ਵਿੱਚ ਉਹਨਾਂ ਨੇ ਪੰਜਾਬੀ ਫਿਲਮਾਂ ਦੇ ਵਿੱਚ ਐਂਟਰੀ ਕੀਤੀ। ਉਹਨਾਂ ਦੀ ਪਹਿਲੀ ਫਿਲਮ ਹੀ ਕਾਫ਼ੀ ਸਫਲ ਰਹੀ ਅਤੇ ਉਹਨਾਂ ਦੀ ਪਹਿਚਾਣ ਬਣਨੀ 1991 ਦੇ ਵਿੱਚ ਪਹਿਲੀ ਫਿਲਮ ਰਾਹੀਂ ਸ਼ੁਰੂ ਹੋ ਗਈ। ਇਸ ਤੋਂ ਬਾਅਦ ਉਹਨਾਂ ਦੀ ਆਈ ਫਿਲਮ ਬਗਾਵਤ ਨੇ ਉਹਨਾਂ ਦਾ ਫਿਲਮਾਂ ਦੇ ਵਿੱਚ ਕੈਰੀਅਰ ਚਮਕਾ ਦਿੱਤਾ। ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ। ਹੁਣ ਲੋਕ ਉਹਨਾਂ ਨੂੰ ਜਾਣਨ ਲੱਗ ਪਏ ਸੀ, ਪਰ ਉਹਨਾਂ ਦੇ ਜਿਹੜੀ ਅਸਲੀ ਸਫਲਤਾ ਦੇ ਝੰਡੇ ਗੱਡੇ ਉਹ ਉਹਨਾਂ ਦੀ ਫਿਲਮ 2015 ਦੇ ਵਿੱਚ ਆਈ ਅੰਗਰੇਜ਼ ਨੇ ਗੱਡੇ। ਇਸ ਫਿਲਮ ਦੇ ਵਿੱਚ ਉਹਨਾਂ ਦੁਆਰਾ ਨਿਭਾਏ ਗਏ ਫੁੱਫੜ ਦੇ ਕਿਰਦਾਰ ਨੂੰ ਅੱਜ ਵੀ ਲੋਕ ਯਾਦ ਕਰਦੇ ਆ ਅਤੇ ਗੁਰਮੀਤ ਸਾਜਨ ਨੂੰ ਇੱਕ ਵਧੀਆ ਐਕਟਰ ਇਸੇ ਫਿਲਮ ਕਰਕੇ ਮੰਨਦੇ ਆ। ਉਸ ਤੋਂ ਬਾਅਦ ਲਗਾਤਾਰ ਉਹਨਾਂ ਨੇ ਹਿੱਟ ਫਿਲਮਾਂ ਦੇ ਵਿੱਚ ਕੰਮ ਕੀਤਾ ਅਤੇ ਸਫਲਤਾ ਦੇ ਨਵੇਂ ਰਿਕਾਰਡ ਕਾਇਮ ਕੀਤੇ। ਪੰਜਾਬੀ ਫਿਲਮਾਂ ਤੋਂ ਇਲਾਵਾ ਉਹ ਦੋ ਹਿੰਦੀ ਫਿਲਮਾਂ ਦੇ ਵਿੱਚ ਵੀ ਕੰਮ ਕਰ ਚੁੱਕੇ ਆ। ਅਸੀਂ ਗੁਰਮੀਤ ਸਾਜਨ ਦੀ ਜ਼ਿੰਦਗੀ 'ਤੇ ਝਾਤ ਮਾਰਨ ਦੇ ਲਈ ਇਹ ਇੱਕ ਛੋਟਾ ਜਿਹਾ ਉਪਰਾਲਾ ਕੀਤਾ। ਉਮੀਦ ਆ ਕਿ ਤੁਹਾਨੂੰ ਪਸੰਦ ਆਇਆ ਹੋਊਗਾ। ਜੇ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਜ਼ਰੂਰ ਕਰ ਦਿਓ ਅਤੇ ਹੋਰ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰ ਦਿਓ। ਜੇਕਰ ਕੋਈ ਵੀਡੀਓ ਦੇ ਵਿੱਚ ਕਮੀ ਰਹਿ ਗਈ ਤਾਂ ਨੀਚੇ ਕਮੈਂਟ ਕਰਕੇ ਦੱਸੋ, ਆਪਾਂ ਅਗਲੀ ਵੀਡੀਓ ਵਿੱਚ ਉਸ ਦਾ ਸੁਧਾਰ ਕਰਾਂਗੇ। ਥੈਂਕ ਯੂ ਸੋ ਮੱਚ।